ਮੈਂ ਜੀ ਪਹਿਲੀ ਕਬੱਡੀ ਪਾਉਣ ਵਾਸਤੇ ਮੁੰਡਾ ਇਸ ਵੇਲੇ ਮੈਦਾਨ ਦੀ ਜ਼ੀਨਤ ਬਣਦਾ ਹੋਇਆ ਚੈੱਕ ਨੰਬਰ ਹਾਂਜੀ ਸਫਿਆਨ ਜੋਜੋ ਚੱਲ ਜੀ ਸਫਿਆਨ ਜੋਜੋ ਪਹਿਲੀ ਕਬੱਡੀ ਨੌਜਵਾਨ ਨੇ ਪੁਆਇੰਟ ਆਪਣੀ ਟੀਮ ਦੇ ਖਾਤੇ ਜੋ 38 ਮੱਥ ਲੈ ਗਿਆ ਲੈ ਜੀ ਕਬੱਡੀ ਪਾਉਣ ਵਾਸਤੇ ਮੁੰਡਾ ਆ ਗਿਆ ਸੋਹਣਾ ਪੁੱਤ ਰਾਜਪੂਤਾਂ ਦਾ ਉਸਤਾਦ ਰਾਸ਼ਨ ਮੌਲੇ ਦਾ ਬੱਬਰ ਸ਼ੇਰ ਹੈ ਨਾ ਹੈ ਰਾਣਾ ਹਮਾਦ ਮਾਤੂ ਪਵਾੜਾ ਹਾਂਜੀ ਉਮਰ ਨੌਜਵਾਨ ਦੀ 15.5 ਸਾਲ ਤੇ 3 ਦਿਨ ਲਓ ਜੀ ਕਬੱਡੀ ਫੱਪੂਰਾ ਚੱਲ ਜੀ ਸ਼ਰਾਜੀ ਭੂਰਾ ਪੈਂਦਾ ਹੋਇਆ ਕਬੱਡੀ ਅਰਸਲਾਨ ਮਾਤੂ ਔਰ ਵਿਚਾਲੇ ਲੱਗਦਾ ਹੋਇਆ ਨੌਜਵਾਨ ਪਿਆ ਵਾਸਵਾ ਹਾਂਜੀ ਰੋਡ ਸਕੂਲ ਦਾ ਬੱਬਰ ਸ਼ੇਰ ਹੈ ਨਾ ਮੁੰਡੇ ਦਾ ਆਮਰ ਆ ਗਿਆ ਜੀ ਇਸੇ ਪਿੰਡ ਦੀ ਧਰਤੀ ਨੂੰ ਮਾਣ ਬਖਸ਼ਦਾ ਹੋਇਆ ਚੌਂ ਬੱਬਰ ਸ਼ੇਰਾਂ ਤੇ ਬੋਲਦਾ ਹੋਇਆ ਧਾਵਾ ਚੱਲ ਵੀ ਬੱਬਰ ਸ਼ੇਰਾ 1-2-3-4-7-8-7-214 ਲੈ ਕੇ ਧਿਆਨ ਜੋਜੋ ਕਰਨ ਦੇ ਖਾਣੀ ਦੋ ਕਦਮ ਲਾਲੇ ਵਿਚਾਲੇ ਅਲੀ ਖੜਾ ਜੀ ਮੌਲਵੀ ਸਾਹਿਬ ਨਾਲ ਖੜਾ ਜੀ ਮੀਆਂ ਵਾਸਲਾ ਸਾਧ ਰਾਸ਼ਦ ਮੌਲੇ ਦਾ ਬੱਬਰ ਸ਼ੇਰ ਸ਼ਗਿਰ ਗਿਆ ਦੇਖਦੇ ਆ ਕਿਹੜਾ ਬੱਬਰ ਸ਼ੇਰ ਲੱਗਦਾ ਮੁੰਡੇ ਰਮਸ਼ਕੂਰ ਸਾਹਿਬ ਮੈਚ ਰਫੇ ਫਰਾਇਸ ਰਜਾਮ ਦੇ ਦਾ ਭਾਟੀ ਲੱਗਦਾ ਹੋਇਆ ਰਾਸ਼ਦ ਮੌਲੋ ਦਾ ਬੱਬਰ ਸ਼ੇਰ ਆ ਭਾਟੀ 548 ਦਾ ਬੇ ਕੰਜਵਾਣੀ ਦੀ ਟੀਮ ਦੇ ਨੁਮਾਇੰਦਗੀ ਕਰਦਾ ਹੋਇਆ ਤਾਲਾ ਮਤਾਲੀਆ ਮਾਰਾ ਜੀ ਫਾਟੀ ਵਾਸਤੇ ਸ਼ੁਰੂ ਪੁਆਇੰਟ ਆਫ ਟੀਮ ਦਾ ਖਾਤਾ ਜੀ ਘੋੜਿਆ ਭਾਗ ਕਬੱਡੀ ਜ਼ਰਾ ਚੱਲ ਵੀ ਕੋਟੀ ਪਾਜ ਵਾਕਾ ਤੇਰੇ ਮੂਰੇ ਚਾਰ ਨੇ ਜਾਪੀ ਚੱਲ ਵੀ ਕੋਟੀ ਪਾਜ ਵਾਕਾ ਤੇਰੇ ਮੂਰੇ ਚਾਰ ਨੇ ਜਾਪੀ ਕੋਟੀ ਉਹ ਤਿਆਰ ਨੇ ਜਾਪ ਕਰਦੇ ਪੂਰੇ ਚਾਹ ਜਵਾਨਾਂ ਨੇ ਕਬੱਡੀ ਪਾਉਣ ਵਾਸਤੇ ਆ ਗਿਆ ਸ਼ਰਾਜੀ ਭੂੜਾ ਚੱਲ ਜੀ ਰਮਸ਼ਕੂਰ ਸਾਹਿਬ ਚੇਅਰਮੈਨ ਕਬੱਡੀ ਫੈਡਰੇਸ਼ਨ ਤਹਿਸੀਲ ਤਾਂਦੜਿਆਂ ਵਾਲਾ ਮੈਚ ਰੈਫਰੀ ਫਰਾਇਸ ਰਜਾਮ ਦਿੰਦੇ ਹੋ ਬਾਲ ਲੱਗਦਾ ਹੋਇਆ ਫਿਰ ਭਾਨੀ ਭਾਨੀ ਨੇ ਪਹਿਲਾਂ ਵੀ ਸੋਹਣਾ ਸਟਾਪ ਕੀਤਾ ਸੀ ਆਏ ਭੂੜੀ ਕੀੜੀ ਕਾਬੂ ਕੀਤੀ ਆ ਬਈ ਬੱਬਰ ਸ਼ੇਰ ਨੇ ਇਸ ਵੇਲੇ ਕਾਲੇ ਨਾਗ ਨੇ ਬੱਲੇ 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 ਅੱਜ 30 ਸਕਿੰਟਾਂ ਦਾ ਮੇਰਾ ਪਤਾ ਲੱਗਣਾ ਜੀ ਇਸ ਵੇਲੇ ਪੁਆਇੰਟ ਜੋ ਹੈ ਰਮਸ਼ਕੂਰ ਸਾਹਿਬ ਚੇਅਰਮੈਨ ਕਬੱਡੀ ਫੈਡਰੇਸ਼ਨ ਤਹਿਸੀਲ ਤਾਂਦੜਿਆਂ ਵਾਲਾ ਪੁਆਇੰਟ ਜਾ ਖਿਡਾਰੀ ਖੜੇ ਕਰ ਰਹੇ ਨਾ ਚਾਰ ਜੱਫੀਆਂ ਤੋਂ ਇਲਾਵਾ ਕੋਈ ਨਜ਼ਰ ਤੇ ਆਵੇ ਨਾ ਕੈਮਰੇ 'ਚ ਮੁੜ ਕੇ ਰਿਕਾਰਡ ਵੀ ਕਰਨਾ ਲਓ ਆਖਰ ਨੌਜਵਾਨ 541 ਗਾਬੇ ਪਿੰਡਾਂ ਦੀ ਧਰਤੀ ਦਾ ਸ਼ਹਿਜ਼ਾਦਾ ਬੱਬਰ ਸ਼ੇਰ 2 ਨੰਬਰ ਤੋਂ ਲੱਗਦਾ ਹੋਇਆ ਆ ਮਲਕ ਮਸੰਮਲ ਅਤਾ ਹਮੇਸ਼ਾ ਦੇ ਝਾਟੇ ਦਾ ਬੱਬਰ ਸ਼ੇਰ ਆ ਮਨਕਾ ਛੱਡਦੇ ਹੁਣ ਤੇਲ ਕੱਢ ਕੇ ਛੱਡੋ ਮੈਂ ਬਈ ਤਾਲੀਆਂ ਮਾਰਦੇ ਵੀ ਮਲਕ ਵਾਸਤੇ ਆ ਜੀਓ ਸ਼ਹਿਜ਼ਾਦੇ ਆ ਮਲਕ ਕਹਿੰਦਾ ਜੀ ਅਸੀਂ ਕਦੇ ਸਰੋਂ ਦਾ ਨਿੱਕਾ ਜਿਹਾ ਦਾਣਾ ਨਹੀਂ ਛੱਡਿਆ ਹੋਇਆ ਕੋਈ ਤੇਲ ਕੱਢ ਕੇ ਛੱਡੀਦਾ ਇਹਨੂੰ ਕਿਉਂ ਛੱਡ ਦਈਏ ਭਾਵੇਂ ਇਹਦਾ ਪਿੰਡ ਆ ਬੱਲੇ ਬੱਲੇ ਵੀ ਤਾਲੀਆਂ ਮਾਰੋ ਜੀ ਸੀਮਤ ਬਣਦਾ ਹੋਇਆ ਚੋ ਬੱਬਰ ਸ਼ੇਰਾ ਤੇ ਬੋਲਦਾ ਹੋਇਆ ਧਾਵਾ ਕਹਿੰਦਾ ਕਮਜ਼ੋਰੀਆਂ ਨੂੰ ਕੌਣ ਪੁੱਛਦਾ ਜ਼ੋਰਾਂ ਨਾਲ ਹੀ ਇਨਸਾਫ ਹੁੰਦੇ ਆ ਇਹਨਾਂ ਬੰਦਿਆਂ ਨੂੰ ਰੱਬ ਆਣ ਮਿਲਦਾ ਜਿਨ੍ਹਾਂ ਬੰਦਿਆਂ ਦੇ ਦਿਲ ਸਾਫ ਹੁੰਦੇ ਆ ਤੇ ਪਿਆਣਾ ਛੋਟੀ ਉਮਰ ਵੱਡੀਆਂ ਮੱਲਾਂ ਚੋਂ ਬੱਬਰ ਸ਼ੇਰਾ ਤੇ ਬੋਲਦਾ ਹੋਇਆ ਧਾਵਾ ਚੱਲ ਉਸਮਾਨ ਕਾਲੋ ਦੋ ਕੰਨੀ ਦਾ ਰਾਸ਼ਦ ਅੱਜ ਲੱਗਦਾ ਹੋਇਆ ਮੁੰਡਾ 2 ਨੰਬਰ ਤੋਂ ਸਾਹਿਬ ਦੀਆਂ ਸ਼ਹਾਦ 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 ਸ਼ਹਾਦੇ ਦਾ ਬੱਬਰ ਸ਼ੇਰ ਆ ਇਮਰਾਨ ਨਹੀਂ ਗਿਣੀ ਮਿਣੀ ਦਾ ਗਮਾਂ ਨੂੰ ਕੁਝ ਨਹੀਂ ਜਾਣੀ ਦਾ ਮੰਜ਼ਲ ਦੀ ਖਾਤਰ ਤੂਫਾਨਾ ਅੱਗੇ ਮੱਥਾ ਮੈਂ ਕਬੱਡੀ ਪਾਉਣ ਵਾਸਤੇ ਆ ਗਿਆ ਮੁੰਡਾ ਅਲੀ ਘੋੜਾ ਚੱਲ ਵੀ ਸੋਹਣਿਆ ਤਾਂ ਕੁਛ ਸਜਾਦਿਆ ਕਬੱਡੀ ਅਲੀ ਘੋੜੇ ਦੀ ਪਈ ਹੋਈ ਕਬੱਡੀ ਨੌਜਵਾਨ ਦੀ ਚੋਂ ਬੱਬਰ ਸ਼ੇਰਾ ਤੇ ਬੋਲਦਾ ਹੋਇਆ ਧਾਰਾ ਹੈ ਇਹ ਆਈ ਅਲੀ ਸ਼ੇਰ ਬਾਰੇ ਤੇ ਤੁੱਤ ਮੱਖਣਾ ਨਾਲ ਪਲਿਆ ਇੰਜ ਲੱਗਦਾ ਜੀ ਅਲੀ ਨੇ ਪਿੰਡੇ ਤੇ ਘੇਰ ਲਈ ਹੱਥ ਕਿਸੇ ਦੇ ਨਾ ਆਵੇ ਹੱਥ ਕਿਸੇ ਦੇ ਨਾ ਆਵੇ ਮੈਂ ਕਬੱਡੀ ਪਾਉਂਦਾ ਹੋਇਆ ਮੁੰਡਾ ਇਸ ਵੇਲੇ ਸਫਿਆਨ ਜੋਜੋ ਜਿਸ ਦੇ ਦੀ ਧਰਤੀ ਸਾਹਿਬ ਦੀ ਸ਼ਾਦ ਝਾਟੇ ਦਾ ਬੱਬਰ ਸ਼ੇਰ ਆ ਆ ਕੰਨੀ ਦੇ ਉੱਤੇ ਲੱਗਦਾ ਹੋਇਆ ਮੁੰਡਾ ਇਸ ਵੇਲੇ ਬੱਲੇ ਵੀ ਜੋ ਜੋ ਮੁੰਡਾ ਆਪਣੀ ਟੀਮ ਦੇ ਮਾਤੂ ਆ ਗਿਆ ਕਹਿੰਦਾ ਸ਼ੇਰਾਂ ਵਾਂਗੂ ਰਹਿੰਦੇ ਸਾਡੇ ਹੌਸਲੇ ਬੁਲਾਉਂਦੇ ਆ ਮਸਤੀ ਵਿੱਚ ਰਹਿਣਾ ਸਾਡੀ ਆਪਣੀ ਪਸੰਦ ਆ ਢੋਲ ਵੱਜੇ ਤਾਂ ਖੜਕ ਪੈਂਦੀ ਅੱਡੀ ਤੇ ਸ਼ੌਕ ਮਿੱਤਰਾਂ ਦੇ ਪਾਣਾ ਭੰਗੜਾ ਤੇ ਖੇਡਣੀ ਕਬੱਡੀ ਪਾਣਾ ਭੰਗੜਾ ਤੇ ਖੇਡਣੀ ਕਬੱਡੀ ਰਾਣਾ ਹਮਾਦ ਮਾਤਲਾ ਸ਼ਰਾਜੀ ਭੂਰੇ ਦੀ ਪਈ ਹੋਈ ਕਬੱਡੀ ਬੱਬਰ ਸ਼ੇਰ ਦੇ ਆ ਚੱਲ ਵੀ ਸੋਹਣਾ ਚਾਰ ਜਵਾਨਾਂ ਦੀ ਭੁੰਮਦੀ ਹੋਈ ਸਗਲੀ ਅਰਸਲਾਨ ਲਾਲੀ ਆ ਰਾਣਾ ਅਰਸਲਾਨ ਲਾਲੀ ਲੱਗਦਾ ਰਾਸ਼ਦ ਮੌਲੇ ਦਾ ਬੱਬਰ ਸ਼ੇਰ ਆ ਅਜੇ ਨਿੱਕੀ ਉਮਰ ਆ ਵੱਡੀ ਤਕਨੀਕ ਦਾ ਵੱਡਾ ਤਜਰਬਾ ਧੱਕਾ ਦੇ ਕੇ ਬਾਹਰ ਕੱਢਿਆ ਅਜੇ ਜ਼ਾਹਦ ਇਕਬਾਲ ਗੁੱਜਰ ਵੈਲਕਮ ਜੀ ਖੁਸ਼ ਆਮਦੀਦ ਕਹਿੰਦੇ ਆ ਮੈਂ ਇਕਬਾਲ ਦੇ ਵੱਡੇ ਭਾਈ ਨੇ ਸਾਦ ਅਕਰਮ ਦੇ ਛੋਟੇ ਭਾਈ ਨੇ ਸਾਡੇ ਗਰਾਊਂਡ ਦੇ ਜਿਨ੍ਹਾਂ ਦਿਨਾਂ ਜੀ ਹਸਾ ਵੈਲਕਮ ਜੀ ਖੁਸ਼ ਆਮਦੀਦ ਕਹਿੰਦੇ ਆ ਔਰ ਰਾਣਾ ਕਾਸ਼ੀ ਐਮਪੀਏ ਅਜੇ ਅਸਮਾਨ ਕੱਲ ਸੁਨੈਣ ਸ਼ਿੰਦਾ ਸੁਨੈਣ ਸ਼ਿੰਦਾ ਅਸਮਾਨ ਕੱਲ ਬੱਲੇ ਸ਼ਿੰਦਿਆ ਹਾਂਜੀ ਜੀਓ ਜੀ ਸ਼ਿੰਦਾ ਹਾਂਜੀ ਹਮਾਦ ਆਸ਼ਿਕ ਮੁੰਡਾ ਹਸਨੈਨ ਸ਼ਿੰਦਾ ਆਪਣੀ ਟੀਮ ਦਾ ਖਾਤਾ ਜੋੜਦਾ ਲਓ ਇੱਧਰੋਂ ਕਬੱਡੀ ਪਾਉਣ ਵਾਸਤੇ ਸਫਿਆਨ ਜੋਜੋ ਸਫਿਆਨ ਜੋਜੋ ਹਾਂਜੀ ਇੱਧਰੋਂ ਲੱਗਦਾ ਹੈ ਮੁੰਡਾ ਕਾਲੇ ਜਿਹੇ ਰੰਗ ਦਾ ਕਾਲਾ ਸ਼ਰਟ ਲਓ ਅਲੀ ਫਿਰ ਹੈ ਕਬੱਡੀ ਪਾਉਣ ਵਾਸਤੇ ਪਾਲੇ ਟੱਪ ਕੇ ਬਿਜਲੀ ਦੇ ਵਾਂਗ ਜਾਵੇ ਸਦਕੇ ਜਾਵਾਂ ਮੈਂ ਤੇਰੀ ਰਫਤਾਰ ਉੱਤੇ ਚਾਪੀਆਂ ਨਾ ਜਾ ਕੇ ਜੇ ਝਪਟ ਲਾਵੇ ਜਿਵੇਂ ਸ਼ੇਰ ਝਪਟਦਾ ਹੈ ਸ਼ਿਕਾਰ ਉੱਤੇ
ਹਾਂਜੀ ਮੂਰੇ ਲੱਗਦਾ ਹੋਇਆ ਮਲਕ ਮੁਜ਼ੱਮਲ ਮਲਕ ਮੁਜ਼ੱਮਲ ਤੇ ਅਲੀ ਬਲੋਚ ਓ ਜੀਓ ਮਲਕਾ ਹਾਏ 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 ਬੱਲੇ ਅਲੀ ਹਾਏ ਜੀਓ ਸ਼ਦਾਦਿਆ ਮੁਜ਼ੱਮਲ ਮਲਕ ਹਾਏ ਅਲੀ ਬਲੋਚ ਬਲੋ ਸੱਸੀ ਦੇ ਕਿੱਥੇ ਆ ਬਲੋਚਾ ਕਹਿੰਦੇ ਸੱਸੀ ਦੇ ਲਓ ਇਧਰੋਂ ਕਬੱਡੀ ਪਾਉਣ ਵਾਸਤੇ ਆ ਗਿਆ ਬਾਬਰ ਸ਼ੇਰ ਸ਼ਰਾਸੀ ਮੌਲਵੀ ਸਾਹਿਬ शेर जो है कल्याण जो जो कबड्डी बनता हुआ चार नंबर शेरा बोलता हुआ धावा एक बार फिर जी असि शुक्रिया अदा करते उन्होंने दोस्तों का जिन्होंने अज ने खेड मेले वास्ते गणा कड़वा तामन किया कबड्डी पाता हुआ नौजवान इस वे हसनैन शिंदा राशन मौलवी का शिगिरद है चार नंबर शेरा तो बोलता हुआ ढावा कहते रूफ रूफ पंजाब की धरती का सच अखंड जाहे जलाल वखरे ਸਮਾਨ ਕਾਲੋ 214 ਵਾਲਾ ਲੱਗਦਾ ਹੋਇਆ ਸਮਾਨ ਕਾਲੋ ਤਾਲੀਆਂ ਮਾਰੋ ਆਪਣੇ ਪਿੰਡ ਦੇ ਮੁੰਡੇ ਵਾਸਤੇ ਸਫਿਆਨ ਜੋਜੋ ਉਹ ਹੋਇਆ ਸਫਿਆਨ ਜੋਜੋ ਬਾਰੇ ਦੱਸਣ ਲਈ ਸ਼ਾਹਦ ਸ਼ਾਦੇ ਦੀਆਂ ਮਿਹਨਤਾਂ ਮੀਆਂ ਸ਼ਾਹਦ ਸ਼ਾਦੇ ਦਾ ਮਾਣ ਵਧਾਉਂਦਾ ਹੋਇਆ ਨੌਜਵਾਨ ਆ ਅੱਜ ਦੋ ਨੰਬਰ ਤੇ ਲੱਗਦਾ ਮੀਆਂ ਵਾਸਲਾ सजना जग ते ना बना लै पाले रेडा मार जा कैंची बन जा टीम दा मोढे ते सरवर का चक वेलकम बड्डू जी साडे ग्राउंड दे जिन्हां दा देखो शामिल कहने लै शराजी भूरा इधर बढ़दा होया मैदान दे जिन्हां ते आ फड़ लिया जी साइया ने इस वेले फानी राशन मौले का बबर शेर काले नाग ने भूरी कीड़ी काबू कर ली भी इस वेले देखते मरदा की है जित कीड़ी की होंगी है कि नाग की काला नाग दूए पास भूरी कीड़ी हां जी 30 सेकंड का वेला इस वेले रोम स्कूल साहब चेयरमैन कबड्डी फेडरेशन का सीन तांदने वाला जी काला फीडिंग का नंबर का वादा किया लो आ गया जी हसनैन शिंदा ਹਸਨੈਨ ਸ਼ਿੰਦਾ ਕਬੱਡੀ ਪਾਉਂਦਾ ਹੋਇਆ ਚੱਲ ਵੀ ਸ਼ਿੰਦੇ ਦੀ ਪਈ ਹੋਈ ਕਬੱਡੀ ਹਾਜੀ ਲੱਗਦਾ ਮੁੰਡਾ ਰਾਸ਼ਨ ਲੱਗਿਆ ਜੇ ਕਬੂਤਰ ਨੂੰ ਬਾਜ ਲੱਗਦਾ ਝਗਾਨੀ ਦੇ ਕੇ ਹਾਜੀ ਬਈ ਦੇਖ ਲੋ ਇੱਧਰ ਪਾਸੇ ਇੱਕ ਪਾਸੇ ਮਹਿਫਲ ਵਿੱਚ ਬੇਅਦਬੀ ਦੀ ਗੱਲ ਨਾ ਕਰੀਏ ਦੁੱਖਾਂ ਨਾਲ ਮਤੱਕਾ ਲਾ ਕੇ ਖੁਦਕੁਸ਼ੀਆਂ ਦੀ ਮੌਤ ਨਾ ਮਰੀਏ ਖੁਦਕੁਸ਼ੀਆਂ ਦੀ ਮੌਤ ਨਾ ਮਰੀਏ ਲੰਮਾ ਦੋ ਪੁਆਣਾ ਅਜੇ ਮੂਹਰੇ ਲੱਗਦਾ ਹੋਇਆ ਨੌਜਵਾਨ ਰਾਸ਼ਦ ਰਾਸ਼ਦ ਮਾਤੂ ਪੁਆਣਾ ਸਫਿਆਨ ਜੋਜੋ ਸਫਿਆਨ ਜੋਜੋ ਸਫਿਆਨ ਜੋਜੋ ਬੱਲੇ ਵੀ ਜਵਾਲਾ ਜੋਸ਼ ਦਾ ਦਿਆ ਤਾਲੀਆਂ ਬੱਬਰ ਸ਼ੇਰ ਵਾਸਤੇ ਸੋਹਣਾ ਜੱਪ ਕੀਤਾ ਨੌਜਵਾਨ ਨੇ 30 ਸਕਿੰਟਾਂ ਦਾ ਵੇਲਾ ਸੀ ਘੜੀ ਵੀ ਪਿੱਛੇ ਕਰ ਕਰਦੀ ਹੈ ਆਖਰੀ ਪਲਾਂ ਦੇ ਵਿੱਚ ਜੀ ਜੋਜੋ ਨੇ ਟੀਮ ਦੇ ਖਾਤੇ ਇਹਨੇ ਨੰਬਰ ਲਿਆ ਜੀ ਤਰਲਿਆਣਾ ਲੈ ਲਿਆ ਪਰ ਲਿਆ ਤਰਲਿਆਣਾ ਵਾਲੀ ਆ ਹਾਂਜੀ ਪੁਆਇੰਟ ਨੌਜਵਾਨ ਨੇ ਟੀਮ ਦੇ ਖਾਤੇ ਜੋੜਿਆ ਸਫਿਆਨ
ਉਸਮਾਨ ਕਾਲੋ ਹਾਂਜੀ ਇਸ ਨਾਲ ਸਿਰ ਕਾਂਬਲੇ ਵਾਲਾ ਮੈਚ ਰਫ ਦੇ ਫਰਾਸ ਨਾਲ ਜਾਣ ਦੇ ਹੋ ਕਬੱਡੀ ਕਾਰ ਵਾਸਤੇ ਆ ਗਿਆ ਮੁੰਡਾ ਸ਼ਰਾਜੀ ਭੋਰਾ ਸ਼ਰਾਜੀ ਭੋਰੇ ਦੀ ਪਈ ਹੋਈ ਕਬੱਡੀ ਨੌਜਵਾਨ ਦੀ ਕਹਿੰਦਾ ਮਿਹਨਤ ਦਾ ਮੁੱਲ ਮਿਲਦਾ ਪੂਰਾ ਉਧਰ ਲੱਗ ਗਿਆ ਜੀ ਮੀਆਂ ਵਾਸਲਾ ਉਸਤਾਦ ਰਾਸ਼ਦ ਦੀਆਂ ਮਿਹਨਤਾਂ ਮੌਲੇ ਦਾ ਮਾਣ ਵਧਾਇਆ ਨੌਜਵਾਨ ਨੇ ਮੀਆਂ ਵਾਸਲਾ ਬੜੇ ਸੋਹਣੇ ਅੰਦਾਜ਼ ਨਾਲ ਲੱਗਿਆ ਕਹਿੰਦਾ ਮਿਹਨਤ ਦਾ ਮੁੱਲ ਮਿਲਦਾ ਪੂਰਾ ਸਿਫਰਾ ਕੋਈ ਨਾ ਰਹੇ ਹਧੂਰਾ ਜਿੰਨਾ ਮਨ ਮਾਰ ਮਿਹਨਤਾਂ ਕੀਤੀਆਂ ਉਹ ਗਬਰੂ ਲੁੱਟਣ ਨਜ਼ਾਰੇ ਕਬੱਡੀ ਕੋਹੇ ਨੂਰ ਹੋ ਗਈ ਤਰਾਈਆਂ ਦਾ ਆਪਣੀ ਟੀਮ ਦੇ ਸਾਡੇ ਨੰਬਰ ਦਾ ਵਾਧਾ ਕੀਤਾ ਲਓ ਇਧਰੋਂ ਰਾਜਪੂਤਾਂ ਦਾ ਪੋਤਿਆ ਨਾਂ ਹੈ ਰਾਣਾ ਹਮਾਦ ਮਾਧੂ ਪਿਆਣਾ ਸਾਧ ਰਾਸ਼ਨ ਮਾਲ ਦਾ ਬੱਬਰ ਸ਼ੇਰ ਆ ਮੇਰੇ ਮਲਕ ਮੁਜੰਮਲ ਬਲ ਹੋਏ ਜੀ ਰਾਜਪੂਤਾ ਕੋਈ ਮਾਰੇ ਤਾਲੀਆਂ ਬੱਬਰ ਸ਼ੇਰ ਵਾਸਤੇ ਹੋਏ ਜੀ ਜੀ ਤੇ ਪਹੁੰਚਿਆ ਸੋਲਾ ਨੰਬਰ 202 ਉਸਤਾਦ ਰਾਸ਼ਦ ਮੌਲਾ ਆਦਿਤ ਕਰਦਾਰਾ ਕਬੱਡੀ ਕਲੱਬ 20 ਨੰਬਰ 16 ਨੰਬਰ 202 ਤੇ 20 ਨੰਬਰ 541 ਕੰਜਵਾਣੀ ਉਸਤਾਦ ਰਾਸ਼ਦ ਮੌਲਾ ਦੀ ਟੀਮ ਨੇ ਵੀ ਦੱਸਿਆ ਗਿਆ ਸਾਡਾ ਬਾਈ ਅਸੀਂ ਖੜਾ ਵਿਚਾਲੇ ਉਹ ਜੀ ਲਾਲੀ ਲਾਲੀ ਲੱਗਦਾ ਹੋਇਆ ਕੰਨੀ ਤੋਂ ਛੱਡਦੇ ਆ ਗਿਆ ਜੀ ਅਸਮਨ ਕਬੱਡੀ ਪਾਉਣ ਵਾਸਤੇ ਚਲਵੀ ਸਿੰਧ ਦੀ ਪਈ ਹੋਈ ਕਬੱਡੀ ਚੜਾ ਬੱਬਰ ਸ਼ੇਰਾਂ ਦੇ ਬੋਲਦਾ ਹੋਇਆ ਧਾਵਾ ਚਲਵੀ ਸੁਰੇ ਉਸਤਾਦ ਰਾਸ਼ਦ ਮੌਲੇ ਦਾ ਬੱਬਰ ਸ਼ੇਰ ਆ ਦੇਖਦੇ ਕਿਹਦੀ ਹਿੱਕ ਦੇ ਵਿੱਚ ਵੱਜਦਾ ਮੁੰਡਾ ਮਲਕ ਮੁਜੰਮਲ ਉਸਤਾਦ ਮੀਆਂ ਸ਼ਾਹ ਟੀਮ ਦੇ ਖਾਤੇ ਜੋੜਿਆ ਨੌਜਵਾਨ ਨੇ ਮੈਂ ਉਤਲੀ ਕਬੱਡੀ ਵਾਸਤੇ ਅਜੀ ਆ ਗਿਆ ਮੁੰਡਾ ਸ਼ਰਾਜ ਸ਼ਰਾਜੀ ਕਹਿੰਦਾ ਜਿੰਨਾ ਮਾਂ ਪੰਜਾਬਣ ਦਾ ਦੁੱਧ ਪੀਤਾ ਉਹ ਕਬੱਡੀ ਨੀ ਕਦੇ ਭੁੱਲ ਸਕਦੇ ਤੇ ਜਿਹੜੇ ਹੰਝੂ ਕਿਸੇ ਵੀ ਥਾਂ ਨੇ ਇਸ ਵੱਲੇ ਤੁਲ ਸਕਦੇ ਤੇ ਜਿੱਥੇ ਵਾਰਸ ਸ਼ਾਹ ਦੀਆਂ ਵਿਰਾਸਤਾਂ ਨੇ ਉੱਥੇ ਝੰਡੇ ਕਿਸੇ ਹੋਰ ਦੇ ਨਹੀਂ ਝੁੱਲ ਸਕਦੇ ਉੱਥੇ ਝੰਡੇ ਕਿਸੇ ਹੋਰ ਦੇ ਨਹੀਂ ਪਾਣੀ ਦੀ ਧਰਤੀ ਸੋਹਣਾ ਸੱਜਿਆ ਹੋਇਆ ਕਬੱਡੀ ਦਾ ਮੇਲਾ ਸਾਡੇ ਬਾਈ ਰਾਣਾ ਨਈਮ ਸਾਹਿਬ ਨਈਮ ਆਟੋਜ ਵਾਲੇ ਰਾਣਾ ਤੀਰ ਸਾਹਿਬ ਚੌਧਰੀ ਦਸਤਾਰ ਸਾਹਿਬ ਗੁੱਜਰ ਕੰਜਵਾਣੀ ਸਟੇਸ਼ਨ ਵਾਲੇ ਜਨਾਬ ਇਬਰਾਹੀਮ ਸਪੋਰਟਸ ਸਾਹਿਬ ਮਾਰ ਉਸਮਾਨ ਤਰਾਣਾ ਸਾਹਿਬ ਅਸਰ ਤਰਾਣਾ ਸਾਹਿਬ ਜੀ ਇਹਨਾਂ ਨੇ ਗਣਾ ਘਰਾਂ ਦਾਵਣ ਕੀਤਾ ਅੱਜ ਦਾ ਅਖੀਰ ਮੇਲਾ ਕਾਮਯਾਬ ਕਰਨ ਵਾਸਤੇ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਜੀ ਬੜੀ ਮਿਹਰਬਾਨੀ ਜੀ ਬਹੁਤ ਜ਼ਿਆਦਾ ਸ਼ੁਕਰੀਆ ਲਓ ਅਲੀ ਅਲੀ ਬਲੋਚ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਇਹ ਤਾਂ ਏਦਾਂ ਦਾ ਜਿੱਦਾਂ ਚੀਨ ਲਓ ਇੱਧਰ ਕਬੱਡੀ ਪਾਉਣ ਵਾਸਤੇ ਮੁੰਡਾ ਤਾਰਾ ਸਮਾਨਾਂ ਦਾ ਵੇਖ ਲੈਣਾ ਲੋ ਕਬੱਡੀ ਪਾਉਂਦਾ ਹੋਇਆ ਨੌਜਵਾਨ ਇਸ ਵੇਲੇ ਸਫਿਆਨ ਜੇਜੋ ਜੱਗ ਨੰਬਰ 202 ਦੀ ਧਰਤੀ ਉਸਤਾਦ ਮੀਆਂ ਸ਼ਾਹ ਦੇ ਸ਼ਾਹ ਦੇ ਬੱਬਰ ਛੇੜਿਆ ਅਜੇ ਪੂਰੇ ਨੌਜਵਾਨ ਲੱਗਿਆ ਲੇਕਰ ਫੌਜ ਸਫਿਆਨ ਜੇਜੋ ਵਾਸਤੇ ਚੱਲ ਵੀ ਸੋਹਣਿਆ ਢੋਲ ਕੋਟੀ ਖੇਡ ਪੰਜਾਬੀਆਂ ਦਾ ਆਹ ਵੇਖ ਤੇ ਸੱਜਿਆ ਮੈਦਾਨ ਇੱਥੇ ਜਿਸੇ ਜਿਨ੍ਹਾਂ ਦੇ ਸੋਹਣੇ ਵੰਗ ਚਮਕਦੇ ਨੇ ਆ ਗਏ ਨੇ ਗੱਭਰੂ ਸ਼ੇਰ ਜਵਾਨ ਇੱਥੇ 242 ਗਾਬੇ ਤੇਰਾਂ ਦੀ ਧਰਤੀ ਆ ਸੋਹਣਾ ਸੱਜਿਆ ਹੋਇਆ ਕਬੱਡੀ ਦਾ ਮਾਹੌਲ ਆ ਅਜੇ ਇੱਧਰ ਲੱਗਦਾ ਹੋਇਆ ਮੁੰਡਾ ਮਲਕ ਮੁਜੰਮਲ ਪੁਆਇੰਟ ਰਾਣਾ ਸਾਡੇ ਬਾਈ ਆਸ਼ਿਕ ਮੁਗਲ ਸਾਹਿਬ ਕਬੱਡੀ ਦਾ ਕਿੰਗ ਯੂਟਿਊਬ ਦਾ ਚੈਨਲ ਹਾਂਜੀ ਉਸ ਚੈਨਲ ਦੇ ਉੱਤੇ ਜੀ ਤੁਹਾਨੂੰ ਅੱਜ ਦੇ ਮੈਚ ਵੇਖਣ ਵਾਸਤੇ ਮਿਲਣਗੇ ਜੀ ਕਬੱਡੀ ਦਾ ਕਿੰਗ ਔਰ ਸ਼ਹੀਨ ਆਫ ਏਸ਼ੀਆ ਹਾਂਜੀ ਦੋਵਾਂ ਚੈਨਲ ਤੇ ਤੁਹਾਨੂੰ ਅੱਜ ਦੇ ਮੈਚ ਵੇਖਣ ਵਾਸਤੇ ਮਿਲਣਗੇ ਭਾਨੀ ਨੇ ਪਹਿਲੇ ਵੀ ਸੋਹਣੇ ਸਟਾਪ ਕੀਤੇ ਆ ਬਈ ਜਿਹਨੂੰ ਇਸ ਮੁੰਡੇ ਦੇ ਖੇਲ ਵਾਲਾ ਪਸੰਦ ਆ ਨਾ ਇੱਕ ਵਾਰੀ ਤਾਲੀਆਂ ਮਾਰੋ ਇਸ ਬੱਬਰ ਸ਼ੇਰ ਵਾਸਤੇ ਬਾਲ ਵਾਸਤੇ ਆ ਗਿਆ ਸੁਨੈਨ ਸ਼ਿੰਦਾ ਚੰਨ ਵੀ ਸ਼ਿੰਦਿਆ ਪੈਰ ਵੀ ਸੋਹਣਾ ਕਬੱਡੀ ਪੇਲੇ ਪੇਲੇ ਬੰਦ ਧਰਦਾ ਹੋਇਆ ਇਹ ਮੋਹਰਾਂ ਵਾਲੀਆਂ ਪਹਿਲਾਂ ਪਾਉਂਦਾ ਹੋਇਆ ਕਹਿੰਦਾ ਦੁਨੀਆਂ ਤੇ ਕੌਮ ਦੀ ਸਾਹਾਂ ਦੀ ਜੰਗ ਇੱਜ਼ਤ ਲਾਲਚ ਭਰਾਵਾਂ ਦੀ ਜੰਗ ਸ਼ੇਰਾਂ ਦੇ ਗੁੱਸੇ ਤਸਵੀਰ ਦਿਸਦੇ ਪੀਤੇ ਹੋਏ ਨੇ ਮਾਮਾ ਦੇ ਸ਼ੀਰ ਦਿਸਦੇ ਕਿਤੇ ਪਾਉਂਦਾ ਹੈ ਤੂੰ ਰੇਤਾਂ ਤੇ ਰੇਤਾਂ ਤੇ ਕਹਿੰਦੇ ਸ਼ਾਲਾ ਕਹਿੰਦੀ ਨੇ ਹਮੇਸ਼ਾ ਜੋੜਾਂ ਦੇ ਕਹਿੰਦੇ ਤੈਨੂੰ ਕਿਹਨੇ ਕਿਹਾ ਸੀ ਮੋਲ ਨੂੰ ਸ਼ੇਰ ਬਈ ਤਾਲੀਆਂ ਨੇ ਪਰ ਸ਼ੇਰ ਵਾਸਤੇ ਰਾਸ਼ਦ ਅੱਜ ਦੂਈ ਕਰੀ ਤੋਂ ਮਲਕ ਮੁਜੰਮਲ ਤੇ 40 ਖੜਾ ਨੌਜਵਾਨ ਉਸਮਾਨ ਕਾਲਾ ਚੱਲ ਵੀ ਸੁਣਿਆ ਦੇਖਦਾ ਮੁੰਡਾ ਕਿਹਦੀ ਹੁੱਕ ਦੇ ਤੋਂ ਅੱਜ ਦਾ ਰੋਮ ਸ਼ਕੂਰ ਸਾਹਿਬ ਚੇਅਰਮੈਨ ਕਬੱਡੀ ਫੈਡਰੇਸ਼ਨ ਤਹਿਸੀਲ ਟਾਂਦਲਿਆਂ ਵਾਲਾ ਮੈਚ ਰੈਫਰੀ ਫਰਾਇਸ ਅੰਜਾਮ ਦੇ ਰਹੇ ਆ ਰਾਸ਼ਦ ਬਈ ਪੁਆਇੰਟ ਨੌਜਵਾਨ ਨੇ ਕਬੱਡੀ
ਆ ਮੁੰਡਾ ਸ਼ਰਾਜੀ ਆ ਸ਼ਰਾਜੀ ਕਬੱਡੀ ਬਾਲ ਵਾਸਤੇ ਮੈਦਾਨ ਦੀ ਜ਼ਿੰਮਤ ਬਣਦਾ ਹੋਇਆ ਸ਼ਰਾਜੀ ਦੀ ਪਈ ਹੋਈ ਕਬੱਡੀ ਨੌਜਵਾਨ ਦੀ ਬੱਲੇ ਦੀ ਸ਼ਰਾਜੀ ਹਲਕਾ ਜਿਹਾ ਟੱਚ ਮਾਰ ਕੇ ਨਵੀਂ ਐਂਟਰੀ ਕੋਸ਼ਿਸ਼ ਆ ਪੂਰੀ ਟੱਕਰ ਦੀ ਇਸ ਵੇਲੇ ਕਾਸ਼ੀ ਜੱਟ ਮਾਸਟਰ ਫਿਰ ਫਰਾਸ ਰੰਜਾਮ ਦੇ ਰਲੇ ਦਾ ਮਾਨ ਬੱਬਰ ਸ਼ੇਰ ਅਮੈਰ ਹਾਜੀ ਅਮੈਰ ਮਲਿਕ ਹਾਜੀ ਸੋਹਣੀ ਕਬੱਡੀ ਪਾਉਂਦਾ ਅਮੈਰ ਮਲਿਕ ਸਤਾਂਦ ਰਾਸ਼ਦ ਮਾਲੇ ਦਾ ਸ਼ਗਲ ਦਿਆ ਦੋਵੇਂ ਪੁੱਤ ਮਲਕਾਂ ਦੇ ਹਾਜੀ ਪਤਾ ਲੱਗਣਾ ਜੀ ਸੱਪ ਨੂੰ ਸੱਪ ਲੜੇ ਤੇ ਵਿਸ ਗੰਨ ਵਾਸਤੇ ਚੱਲ ਜੀ ਸ਼ਰਾਜੀ ਭੂਰੀ ਪੂਰੀ ਪੂਰੀ ਭੂਰੀ ਹਾਜੀ ਦੇਖਦੇ ਹਾਂ ਕਿਹਦੀ ਹਿੱਕ ਦੇ ਵਿੱਚ ਵੱਜਦਾ ਚਾਰ ਜਵਾਨ ਆ ਮੁਹਰੇ ਓਏ ਹੋਏ 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 ਮੌਲ ਵੀ ਹੋਏ 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 ਓਏ ਹੋਏ ਭਾਜ ਨੇ ਕਿਹਾ ਕੀ ਹੈ ਤੈਨੂੰ ਆਏ ਸੋਹਣ ਕਬੱਡੀ ਟੀਮ ਦਾ ਕਰਦੇ ਜੋੜਿਆ ਆਹ ਕਬੱਡੀ ਪਾਉਣ ਵਾਸਤੇ ਮੁੰਡਾ ਇਸ ਵੇਲੇ ਜੀ ਸਫਿਆਨ ਜੱਜ ਮੈਦਾਨ ਦੀ ਕੀਮਤ ਬਣਦਾ ਹੋਇਆ ਆ ਗਿਆ ਹੈ ਮੈਦਾਨ ਦੇ ਵਿੱਚ ਬੱਬਰ ਸ਼ੇਰ ਕਹਿੰਦੇ ਇਸ ਦੇ ਤਾਰ ਸਖੀ ਸਦਾਵਣ ਵਾਲੇ ਆਪਣੇ ਬਲ ਨਹੀਂ ਉਧਾਰ ਰਹਿਣ ਦਿੰਦੇ ਨਸਰਾ ਨਾਲ ਰਾਸ਼ਦ ਮੌਲਿਆ ਰਾਸ਼ਦ ਮੌਲਿਆ ਦਾ ਬੱਬਰ ਸ਼ੇਰ ਆ ਤਿਆਰੀ ਕਰਾਉਂਦੇ ਨੇ ਸਤਾਦ ਰਾਸ਼ਦ ਮੌਲਾ ਤੇ ਰਾਣਾ ਮੁਦੱਸਰ ਹਯਾਤ 481 ਗਜ਼ ਦੇ ਆਪਣੇ ਪਿੰਡ ਦੇ ਕੌਂਸਲਰ ਵੀ ਅਜੀ ਭਾਜੀ ਹੋਣੇ ਲੈ ਇੱਧਰ ਜੀ ਸ਼ਰਾਜ ਸ਼ਰਾਜੀ 202 ਗਜ਼ ਉੱਤਰਲੇ ਪਾਸੇ ਜੋ ਟੀਮ ਹੈ ਚੱਕ ਨੰਬਰ 441 ਦਾ ਤੇ ਚੋਕੀ ਦੀ ਟੀਮ ਗਰਾਊਂਡ ਦੇ ਜ਼ਿੰਮੇਵਾਰ ਬਣ ਗਈ ਆ ਪਹਿਲਾਂ ਦੱਸੀ ਦਾ ਨਾ ਕਿ ਜੋਜੋ ਜੀ ਅਦਨਾਨ ਹਨਾਨੀ ਗੁੱਜਰ 441 ਦਾ ਤੇ ਚੋਕੀ ਟੀਮ ਲੈ ਕੇ ਸਾਡੇ ਗਰਾਊਂਡ ਦੇ ਜ਼ਿੰਮੇਵਾਰ ਬਣਦੇ ਹੋਏ ਅਦਨਾਨ ਹਨਾਨੀ ਗੁੱਜਰ ਹਾਂਜੀ ਮਲਕ ਅਮੈਰ ਮਲਕ ਅਮੈਰ ਕਬੱਡੀ ਪਾਉਂਦਾ ਹੋਇਆ ਉਸਤਾਦ ਮੀਆਂ ਸ਼ਾਹਦ ਸ਼ਾਹਦੇ ਦੀਆਂ ਮਿਹਨਤਾਂ ਜੀ ਮੇਰੇ ਚਾਰ ਨੰਬਰ ਸ਼ੀਰ ਖੜੇ ਜੀ ਉਸਤਾਦ ਮੀਆਂ ਸ਼ਾਹਦ ਸ਼ਾਹਦੇ ਨੇ ਹਾਂਜੀ ਪਹਿਲਾਂ ਜੀ ਸ਼ਰਾਜੀ ਆ ਗਿਆ ਕਬੱਡੀ ਪਾਉਣ ਵਾਸਤੇ ਚੱਲ ਵੀ ਸ਼ਰਾਜੀ ਲੱਗੀ ਉਤਲੀਆਂ ਦੋਵਾਂ ਟੀਮਾਂ ਵੀ ਸਾਡੇ ਮੈਦਾਨ ਦੇ ਵਿੱਚ ਮੌਜੂਦ ਆ ਅੱਜ ਦੋਵਾਂ ਟੀਮਾਂ ਦੇ ਵਿਚਾਲੇ ਜੀ ਉਤਲਾ ਮੁਕਾਬਲਾ ਸ਼ੁਰੂ ਹੋਣ ਲੱਗਾ 212 ਦਾ ਵੀ ਸਤਾਦਰ ਫਾਦਰ ਵੱਡਾ ਸਤਾਦਰ ਫਾਦਰ ਵੱਡਾ ਜੀ ਵੀ ਟੀਮ ਲੈ ਕੇ ਪਹੁੰਚ ਗਏ ਜੀ ਕੱਲ ਇਨਸ਼ਾਅੱਲਾ 455 ਦਾ ਵੀ ਰਮੇ ਸ਼ਾਹ ਸਾਡੇ ਗਰਾਊਂਡ ਦੀ ਜਿਹਨਾਂ ਦਾ ਜੀ ਵੈਲਕਮ ਬਾਈ ਜੀ ਖੁਸ਼ਹਾਲੀ ਕਿੰਨੇ ਆ ਜੀ ਆਖਰੀ ਪਲਾਂ ਦੇ ਇਸ ਵੇਲੇ ਪਹੁੰਚਿਆ ਹੋਇਆ ਜੀ ਮੈਚ ਥੋੜੀ ਦੇਰ ਤੋਂ ਬਾਅਦ ਦੂਸਰਾ ਮੈਚ ਸ਼ੁਰੂ ਹੋਏਗਾ ਤਸ਼ਰੀਫ ਲੈਣ ਵਾਲੇ ਅਸੀਂ ਸਾਰੇ ਕਬੱਡੀ ਦੇ ਸ਼ੌਕੀਨ ਭਰਾਵਾਂ ਨੂੰ ਗਰਾਊਂਡ ਆਉਣ ਦੇ ਬਹੁਤ ਸ਼ਾਮਿਲ ਕੀਤੇ ਹਾਂ ਜੀ ਔਰ ਅਸੀਂ ਹੋਰਾਂ ਦੋਸਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਨੇਮ ਸਾਹਿਬ ਨਈ ਮਾਟਸ ਵਾਲੇ ਰਾਣਾ ਤੀਰ ਸਾਹਿਬ ਚੌਧਰੀ ਅਬਦਸਕਾਰ ਸਾਹਿਬ ਕੰਜਵਾਣੀ ਸਟੇਸ਼ਨ ਵਾਲੇ ਇਬਰਾਹਿਮ ਸਪੋਰਟਸ ਕੰਜਵਾਣੀ ਕਿੱਥੇ ਨੇ ਜੀ ਜੀ ਅੱਜ ਦੇ ਸਾਡੇ ਚੀਫ ਗੈਸਟ ਹੋਣਗੇ ਜੀ ਅਮਰ ਮੁਗਲ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੀ ਤਸ਼ਰੀਫ ਆਵਰੀ ਦਾ ਜੀ 31 ਨੰਬਰ 202 ਦਾ ਤੇ ਮਸਤ ਕਬੱਡੀ ਕਲੱਬ ਔਰ 36 ਨੰਬਰ 541 ਦਾ ਤੇ ਕੰਜਵਾਣੀ 36 ਨੰਬਰ ਜੀ 36 ਤੇ